ਰਹਿਬਰ ਦਾ ਮੰਦਰ ਜਿਹੜਾ ਸੈਂਟਰ ਸਰਕਾਰ ਦੇ ਸ਼ਹਿ ਦੇ ਉੱਤੇ, ਮੋਦੀ ਸਰਕਾਰ ਦੀ ਸ਼ਹਿ ਦੇ ਉੱਤੇ ਕੋਰਟਾਂ ਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਅਤੇ ਉਹ ਬੇਅਦਬੀ ਦੇ ਨਾਲ ਮੰਦਰ ਤੋੜਿਆ ਗਿਆ ਆ। ਅਸੀਂ ਉਸ ਰੋਸ ਪ੍ਰਦਰਸ਼ਨ ਦੇ ਵਿੱਚ ਆਏ ਹਾਂ, ਸਾਡੀ ਆਸਥਾ ਦੇ ਨਾਲ ਖਿਲਵਾੜ ਕੀਤਾ ਮੋਦੀ ਸਰਕਾਰ ਨੇ। ਸਮਾਜ ਦੇ ਲਈ ਅਸੀਂ ਇੱਥੇ ਆਏ ਹਾਂ ਅਤੇ ਸਮਾਜ ਦੇ ਨਾਲ ਅਸੀਂ ਹਮੇਸ਼ਾ ਖੜ੍ਹੇ ਹਾਂ। ਸਮਾਜ ਦਾ ਕਰਕੇ ਜੋ ਅੱਜ ਪੰਜਾਬ ਦੇ ਵਿੱਚ ਸਾਡੀ ਪਾਰਟੀ ਹੈ, ਸਮਾਜ ਦਾ ਕਰਕੇ ਪਾਰਟੀ ਹੈ। ਲੇਕਿਨ ਆਪ ਗਲਤਾਂ ਦੇ ਨਾਲ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਧੱਕੇਸ਼ਾਹੀ ਹੋ ਰਹੀ ਹੈ, ਉਸ ਧੱਕੇਸ਼ਾਹੀ ਦੇ ਖਿਲਾਫ਼ ਅਸੀਂ ਲੰਬੇ ਸਮੇਂ ਤੋਂ ਲੜਾਈ ਲੜੀ ਹੈ। ਲੱਖਾਂ ਦੀ ਗਿਣਤੀ ਵਿੱਚ ਅਸੀਂ ਇੱਥੇ ਆਏ ਹਾਂ, ਉਹ ਸਰਕਾਰ ਦੇ ਖਿਲਾਫ਼ ਪੂਰੀ ਤਰ੍ਹਾਂ ਜ਼ੋਰ 'ਚ ਆਈ। ਸਾਡਾ ਸਤਿਗੁਰੂ ਰਵਿਦਾਸ ਮੰਦਰ ਜਦੋਂ ਤੱਕ ਵਾਪਸ ਨਹੀਂ ਕਰੇਗੀ ਸਰਕਾਰ, ਉਦੋਂ ਤੱਕ ਸਾਡਾ ਧਰਨਾ ਚੱਲਦਾ ਰਹੇਗਾ, ਕਿਉਂਕਿ ਸਾਡੇ ਸਮਾਜ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ। ਇਹ ਧੱਕਾ ਹੀ ਨਹੀਂ ਸਮਝ, ਸਾਡੇ ਸਮਾਜ ਦੇ ਲੋਕਾਂ ਕੋਲ ਨਾ ਜ਼ਮੀਨਾਂ, ਨਾ ਕੋਈ ਪਲਾਟ, ਨਾ ਆਪਣੇ ਉਹਨਾਂ ਦਾ ਰਹਿਣ ਬਸੇਰੇ ਆ। ਇਹ ਮੰਦਰ ਵੀ ਜਿਹੜੇ ਆ ਸਰਕਾਰਾਂ ਘੇਲੀਆਂ, ਕਿੱਥੇ ਜਾਵਾਂਗੇ? ਅਸੀਂ ਧਰਨੇ ਲਗਾਉਂਦੇ ਰਹਾਂਗੇ, ਕਿਉਂਕਿ ਸਾਡੇ ਗੁਰੂਆਂ ਦੇ ਹੱਥ ਸਾਡੇ ਨਾਲ ਆਈ, ਕਿਉਂ ਪਿੱਛੇ ਡਾਂਗਾ ਸੀ। ਮੰਦਰ ਬਣਨਾ ਚਾਹੀਦਾ, ਸੌਖੀ ਕੋਈ ਗੁੱਸਾ ਗਿੱਲਾ ਨਹੀਂ, ਜਿਸ ਤਰ੍ਹਾਂ ਉਹਨਾਂ ਢਾਇਆ ਉਸ ਤਰ੍ਹਾਂ ਹੀ ਬਣਾ ਦੇਣਾ।